ਅੱਜ ਸੂਬੇ ਭਰ ਵਿੱਚ ਕਣਕ ਦੀ ਫਸਲ ਦੀ ਖਰੀਦ ਅਧਿਕਾਰਕ ਰੂਪ ਨਾਲ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਜਿਸ ਨੂੰ ਲੈ ਕੇ ਜਲੰਧਰ ਦੀ ਦਾਣਾ ਮੰਡੀ ਵਿੱਚ ਤਿਆਰੀਆਂ ਪੂਰੀਆਂ ਹਨ ਪਰ ਹਾਲੇ ਤੱਕ ਕੋਈ ਵੀ ਕਿਸਾਨ ਆਪਣੀ ਫਸਲ ਲੈ ਕੇ ਜਲੰਧਰ ਦੀ ਦਾਣਾ ਮੰਡੀ ਵਿੱਚ ਨਹੀਂ ਪੁੱਜਿਆ ਹੈ ਪਰ ਮੰਡੀ ਬੋਰਡ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਿਆਰੀਆਂ ਪੂਰੀਆਂ ਹਨ ਅਤੇ 5 ਖਰੀਦ ਏਜੰਸੀਆਂ ਵੀ ਇਸ ਲਈ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਹਨ ਅਤੇ ਪੇਮੈਂਟ ਵਾਸਤੇ ਵੀ ਪੋਰਟਲ ਖੋਲ੍ਹ ਦਿੱਤੇ ਗਏ ਹਨ ਉੱਥੇ ਜਲੰਧਰ ਦੀ ਮੰਡੀ ਵਿੱਚ ਇੱਕ ਪਾਸੇ ਸਰਕਾਰੀ ਤੌਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਪ੍ਰਾਈਵੇਟ ਤੌਰ 'ਤੇ ਹੋਣ ਵਾਲੀ ਫਸਲ ਦੀ ਖਰੀਦ ਵਾਸਤੇ ਵੀ ਬਾਰਦਾਨਾ ਵੇਚਣ ਵਾਲਿਆਂ ਵੱਲੋਂ ਵੀ ਤਿਆਰੀ ਕੀਤੀ ਹੋਈ ਹੈ ਜਿਸ ਨੂੰ ਲੈ ਕੇ ਬਾਰਦਾਨਾ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਬਾਰਦਾਨੇ ਦੀ ਕੋਈ ਵੀ ਕਮੀ ਨਹੀਂ ਆਏਗੀ ਕਿਉਂਕਿ ਉਹਨਾਂ ਵੱਲੋਂ ਤਿਆਰੀ ਪੂਰੀ ਹੈ ਨਾਮ ਗੁਲਜ਼ਾਰੀ ਜੀ ਕੀ ਕਰਦੇ ਤੁਸੀਂ ਇੱਥੇ ਬਾਰਦਾਨੇ ਦਾ ਕੰਮ ਕਰਦੇ ਸਰਕਾਰੀ ਬੋਲੀਆਂ ਤੇ ਲੱਗਦੀ ਹੈਗੀ ਉਹ ਡਿਪੂਆਂ ਤੇ ਜਾਂ ਸਰਕਾਰ ਗੌਰਮੈਂਟ ਦੀ ਦੇਊਗੀ ਇਹ ਪ੍ਰਾਈਵੇਟ ਜਾਣੇ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਆਪਾਂ ਖਰੀਦਦੇ ਆ ਫਿਰ ਜਾ ਕੇ ਆਪਾਂ ਮੰਡੀਆਂ ਤੇ ਸਪਲਾਈਜ਼ ਕਰਦੇ ਆ ਪਰ ਉਸ ਤੋਂ ਬਾਅਦ ਜਿਹੜੀ ਇੱਧਰ ਉੱਧਰ ਜ਼ਮੀਨਦਾਰ ਆਉਂਦੇ ਹੈਗੇ ਉਹ ਆਪਣੇ ਆਲੂ ਭਰਨ ਵਾਸਤੇ ਮਾਰ ਖਰੀਦ ਕੇ ਮਾਰਕੀਟ ਲਵਾਉਂਦੇ ਹੈਗੇ ਕਣਕ ਤਾਂ ਨਹੀਂ ਹੁੰਦਾ ਕਣਕ 'ਤੇ ਵੀ ਹੁੰਦਾ ਜੀ ਮਾਰਕੀਟ ਲਵਾਉਂਦੇ ਤੁਸੀਂ ਕਿੱਦਾਂ ਮਾਰਕੀਟ ਲਾਉਂਦੇ ਹੋ ਇਹ ਜਿਹੜੀ ਲੇਬਰ ਆਉਂਦੀ ਉਹ ਮਾਰਕੀਟ ਲਾਉਂਦੀ ਹੈਗੀ ਆਪਾਂ ਬਾਰਦਾਨਾ ਇਕੱਲਾ ਵੇਚਦੇ ਮਾਰਕੀਟ ਸਿਰਫ ਉਹਨਾਂ ਦੇ ਤੁਸੀਂ ਲਾ ਕੇ ਦਿੰਦੇ ਹੋ ਜਿਹੜਾ ਪ੍ਰਾਈਵੇਟ ਖਰੀਦਦੇ ਨੇ ਹਾਂਜੀ ਵੇਚਦੇ ਨੇ ਆਪਣੀਆਂ ਵੇਚਦੇ ਆ ਅਤੇ ਮਾਰਕੀਟ ਆਪਣੇ ਆਪਣੇ ਪਰਸਨਲ ਆਪਣੇ ਆਪਣੇ ਵੱਖਰੇ ਵੱਖਰੇ ਹੋਣਗੇ ਹਰ ਕਿਸੇ ਦੇ अरे मंडी में कोई भी खरीद सकता है कोई भी सरकारी से मतलब नहीं है मंडी में कोई भी कोई भी आदमी खरीद सकता है चाहे प्राइवेट खरीदे या सरकारी खरीदे तो लेबर इस वक्त कितने को आई है लेबर अभी कोई नहीं आया की काम करते सर मेरा बारदाना काम है जी सर गल की जब जिदा हूँ खरीदारी शुरू हो रही है कणक की हाँ जी इस लैके थोड़े की तैयारियां ने साडे को पूरा बारदाना है जे पहले तो सरकार अपना ही वरतती है जो उन्होंने लोड़ पै गई है तो कह देंगे प्राइवेट तुम बारदाना खरीद सकते इंस्पैक्टर ਜਿੱਦਾਂ ਪਿਛਲੀ ਵਾਰ ਵੀ ਦੇਖੀ ਗਈ ਸੀ ਪਿਛਲੀ ਵਾਰੀ ਛੋਟੇ ਸੀਗੀ ਨਾ ਇਹਨਾਂ ਕੋਲ ਬਾਰਦਾਨੇ ਦੀ ਅਤੇ ਐਤਕੀ ਇਹਨਾਂ ਕੋਲ ਬਾਰਦਾਨਾ ਪੂਰਾ ਇਹਨਾਂ ਦਾ ਨਵਾਂ ਮਾਲ ਪਹਿਲਾਂ ਹੀ ਆ ਚੁੱਕਾ ਵੈ ਇਹ ਇਹਨਾਂ ਕੋਲ ਕਲਕੱਤੇ ਵਗੈਰਾ ਤੋਂ ਆਉਂਦਾ ਮਾਲ ਉਹ ਸਾਰਾ ਇਹਨਾਂ ਕੋਲ ਪਹਿਲੇ ਗੋਦਾਮਾਂ 'ਚ ਹੈਗਾ ਵੈ ਜੇ ਜੇ ਮੌਕੇ 'ਤੇ ਛੋਟੇ ਹੁੰਦੀ ਹੈ ਅਤੇ ਪ੍ਰਾਈਵੇਟ ਬਹੁਤ ਮਾਲ ਹੁੰਦਾ ਵੈ ਇਹ ਪਿੱਛੇ ਵੀ ਅਸੀਂ ਇਹਨਾਂ ਨੂੰ ਦਿੱਤਾ ਵਾ ਪ੍ਰਾਈਵੇਟ ਮਾਲ ਹਾਂਜੀ ਹਾਂਜੀ ਅਤੇ ਐਤਕੀ ਵੀ ਸਾਡੇ ਕੋਲ ਤਿਆਰੀ ਹੈ ਕਿੰਨੇ ਕੁ ਤੁਸੀਂ ਮਾਲ ਰੱਖਦੇ ਹੋ ਕਿੰਨੇ ਮਾਲ ਕਾਫੀ ਹੁੰਦਾ ਵੈ ਅਸੀਂ ਨਹੀਂ ਹੋਰ ਵੀ ਬਹੁਤ ਪਾਰਟੀਆਂ ਹੈਗੀਆਂ ਵੈ ਮਤਲਬ ਕਿ ਕਾਫੀ ਮਾਲ ਹੁੰਦਾ ਵੈ ਲੱਖਾਂ ਦੇ ਤਾਜ਼ਾ 'ਚ ਹੀ ਹੋ ਜਾਂਦਾ ਬਾਰਦਾਨ ਜਿਹੜਾ ਸਰਕਾਰੀ ਹੁੰਦਾ ਨਾ ਉਹ ਬਿਲਕੁਲ ਉਹ ਬ੍ਰੈਂਡ ਨੂੰ ਲਾਉਂਦੇ ਆ ਨਵਾਂ ਇਹ ਭਰਤੀ ਹੋਇਆ ਬਾਰਦਾਨਾ ਹੈਗਾ ਵੈ ਅਤੇ ਜਦੋਂ ਛੋਟੇ ਹੁੰਦੀ ਨਾ ਫਿਰ ਇਹ ਲੱਗਦਾ ਉਹਦੇ ਨਾਲ ਤਾਂ ਇਹ ਸਸਤਾ ਹੀ ਹੁੰਦਾ ਵੈ ਸਸਤਾ ਹੁੰਦਾ ਹਾਂ ਉਹਦੇ ਨਾਲ ਸਸਤਾ ਹੁੰਦਾ ਫਰਕ ਕੀ ਦੋਨਾਂ ਦਾ ਫਰਕ ਇਹ ਉਹ ਬ੍ਰੈਂਡ ਨੂੰ ਹੁੰਦਾ ਵੈ ਇਹ ਭਰਤੀ ਹੋਇਆ ਹੁੰਦਾ ਵੈ ਪਹਿਲਾਂ ਅੱਛਾ ਪੁਰਾਣਾ ਹਾਂ ਇਹ ਇੱਕ ਭਰਤੀ ਹੋਇਆ ਹੁੰਦਾ ਵਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ